ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਖਾਨ। ਪਿਛਲੇ ਦਿਨੀ ਮੇਰਾ ਲੁਧਿਆਣਾ ਜਨਕਪੁਰੀ ਦੇ ਵਿੱਚ ਗਣਪਤੀ ਜੀ ਉਤਸਵ ਸੀਗਾ ਜੀ। ਉੱਥੇ ਮੈਂ ਭਜਨ ਤੋਂ ਸਟਾਰਟ ਕੀਤਾ ਸੀ ਅਤੇ ਮੈਨੂੰ ਸਰੋਤਿਆਂ ਦੀ ਫਰਮਾਇਸ਼ 'ਤੇ ਗਾਣਾ ਗਾਉਣ ਦੀ ਫਰਮਾਇਸ਼, ਮੈਨੂੰ ਲੱਗਾ ਕਿ ਸਰੋਤਿਆਂ ਵਿੱਚ ਰੱਬ ਵੱਸਦਾ, ਇਸ ਕਰਕੇ ਮੈਂ ਉਹ ਗਾਣਾ ਗਾ ਬੈਠਾ ਜੀ। ਮੇਰੇ ਤੋਂ ਗਲਤੀ ਹੋਈ ਹੈ ਜੀ, ਮੈਂ ਮੰਨਦਾ ਇਸ ਗੱਲ ਨੂੰ। ਔਰ ਜੇ ਕਿਸੇ ਨੂੰ ਵੀ ਮੇਰੀ ਗੱਲ ਦਾ ਬੁਰਾ ਲੱਗਿਆ ਤਾਂ ਮੈਂ ਹੱਥ ਜੋੜ ਕੇ ਤੁਹਾਨੂੰ ਮਾਫ਼ੀ ਮੰਗਦਾ। ਮੇਰਾ ਕੋਈ ਇੱਦਾਂ ਦਾ ਮੋਟਿਵ ਨਹੀਂ ਸੀਗਾ ਕਿ ਮੈਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ। ਅਤੇ ਅਗੇਨ ਸਾਰਿਆਂ ਤੋਂ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ। ਮੈਂ ਤੁਹਾਡਾ ਆਪਣਾ ਹੀ ਹਾਂ, ਤੁਹਾਡੇ ਤੁਸੀਂ ਬਣਾਇਆ ਮੈਨੂੰ, ਤੁਸੀਂ ਅੱਗੇ ਮੈਨੂੰ ਬਣਾਉਣਾ। ਮੈਂ ਹੱਥ ਜੋੜ ਕੇ ਤੁਹਾਨੂੰ ਮਾਫ਼ੀ ਮੰਗਦਾ, ਮੇਰੇ ਤੋਂ ਜਾਣੇ ਅਣਜਾਣੇ 'ਚ ਗਲਤੀ ਹੋ ਗਈ, ਉਹਦੇ ਲਈ ਮੈਨੂੰ ਮਾਫ਼ ਕਰਿਓ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ। ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਇੱਕ ਛੋਟੀ ਜਿਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਇਆ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਜੀ ਖਾਨ ਬਾਰੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਬਹੁਤ ਕੁਛ ਉਹਦੇ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਵੀ ਉਹਦੇ ਤੋਂ ਇਹ ਜੋ ਵੀ ਕੁਛ ਹੋਇਆ ਅਣਜਾਣਪੁਣੇ 'ਚ ਹੋਇਆ, ਗਲਤੀ ਨਾਲ ਹੋਇਆ, ਔਰ ਉਹ ਬਹੁਤ ਚੰਗਾ ਇੱਕ ਆਰਟਿਸਟ ਹੈ ਔਰ ਬਹੁਤ ਚੰਗਾ ਇਨਸਾਨ ਹੈ ਔਰ ਹਮੇਸ਼ਾ ਦੂਜੇ ਦੀ ਸੁੱਖ ਮੰਗਣ ਵਾਲਾ ਔਰ ਉਹਨੂੰ ਸਪੋਰਟ ਕਰਨ ਵਾਲਾ ਇੱਕ ਆਰਟਿਸਟ ਪਰਮਾਤਮਾ ਉਹ ਬਣਾਇਆ। ਮੈਨੂੰ ਪਤਾ ਉਸ ਵੀਡੀਓ ਕਰਕੇ, ਉਸ ਸ਼ੋਅ ਕਰਕੇ ਬਹੁਤ ਸਾਰੇ ਸਾਡੇ ਚਾਹੁਣ ਵਾਲਿਆਂ ਦਾ ਦਿਲ ਦੁਖਿਆ। ਔਰ ਆਰਟਿਸਟ ਕਦੀ ਵੀ ਨਹੀਂ ਚਾਹੁੰਦਾ ਹੁੰਦਾ, ਆਰਟਿਸਟ ਕਦੀ ਵੀ ਨਹੀਂ ਚਾਹੁੰਦਾ ਹੁੰਦਾ ਵੀ ਉਹਦੇ ਮੂੰਹ ਨਿਕਲੇ ਬੋਲ ਕਦੀ ਉਹਦੇ ਚਾਹੁਣ ਵਾਲਿਆਂ ਦਾ ਦਿਲ ਦਿਖਾਉਣ। ਇਸ ਲਈ ਤੁਸੀਂ ਉਹਨੂੰ ਆਪਣਾ ਛੋਟਾ ਵੀਰ, ਛੋਟਾ ਭਰਾ, ਆਪਣਾ ਪੁੱਤ ਸਮਝ ਕੇ ਮਾਫ਼ ਜ਼ਰੂਰ ਕਰਿਓ, ਕਿਉਂਕਿ ਉਹ ਬਹੁਤ ਚੰਗਾ ਇਨਸਾਨ ਆ। ਹਮੇਸ਼ਾ ਹਮੇਸ਼ਾ ਉਹਨੇ ਬਹੁਤ ਬਹੁਤ ਸਪੋਰਟ ਕੀਤੀ ਆ। ਅਸੀਂ ਕੋਈ ਵੀ ਧਰਮ ਕਰਮ ਦਾ ਕੰਮ ਜਦੋਂ ਵੀ ਸ਼ੁਰੂ ਕਰਦੇ ਹਾਂ ਅਤੇ ਉਹ ਹਮੇਸ਼ਾ ਪਹਿਲੇ ਨੰਬਰ 'ਤੇ ਖੜ੍ਹਾ ਹੁੰਦਾ, ਹਾਂ ਬਈ ਮੈਨੂੰ ਦੱਸ ਮੈਂ ਨਾਲ ਹਾਂ ਤੇਰੇ। ਜੇ ਅੱਜ ਉਹਦੇ ਤੋਂ ਇਹ ਗਲਤੀ ਹੋਈ ਆ ਉਹਨੂੰ ਐਡੀ ਵੱਡੀ ਸਜ਼ਾ ਨਾ ਦਿਓ, ਉਹਨੂੰ ਜ਼ਰੂਰ ਮਾਫ਼ ਜ਼ਰੂਰ ਕਰਿਓ। ਉਹਦੇ ਤੋਂ ਗਲਤੀ ਗਲਤੀ ਨਾਲ ਹੋਈ ਆ ਔਰ ਇਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਾਇਜ਼। ਸੋ ਪਲੀਜ਼ 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 ਆਪਣੇ ਪੁੱਤ ਨੂੰ, ਆਪਣੇ ਯਾਰ ਨੂੰ, ਆਪਣੇ ਦੋਸਤ ਨੂੰ ਜ਼ਰੂਰ ਮਾਫ਼ ਕਰਿਓ। ਔਰ ਕਿਸੇ ਦਾ ਵੀ ਜੇ ਦਿਲ ਦੁਖਿਆ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਮੇਰੇ ਯਾਰ ਨੂੰ ਜ਼ਰੂਰ ਮਾਫ਼ ਕਰਿਓ। ਥੈਂਕ ਯੂ ਸੋ ਮੱਚ ਗਾਇਜ਼, ਲਵ ਯੂ। ਮੈਂ ਆਪਣਾ ਥੋੜ੍ਹਾ ਜਿਹਾ ਸ਼ੇਅਰ ਕਰਨਾ ਚਾਹੁੰਦਾ ਸੀ। ਜੇ ਤੁਸੀਂ ਕਿਸੇ ਆਰਟਿਸਟ ਨੂੰ ਪਿਆਰ ਕਰਦੇ ਹੋ ਨਾ, ਦਿਲੋਂ ਪਿਆਰ ਕਰਿਆ ਕਰੋ। ਅਤੇ ਕਈ ਵੇਲੇ ਆਰਟਿਸਟ ਜਾਣੇ ਜਾਣੇ ਵਿੱਚ ਕਿਸੇ ਆਰਟਿਸਟ ਨੂੰ ਗਲਤ ਹੋ ਜਾਂਦਾ ਤਾਂ ਤੁਸੀਂ ਇੱਕ ਮਿੰਟ ਵਿੱਚ ਹੀ ਲੜ ਕੇ ਬੰਦੇ ਨੂੰ ਜ਼ੀਰੋ ਕਰ ਦਿੰਦੇ ਹੋ। ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਸੋ ਬੰਦਾ ਜਿੰਨੇ ਬੰਦੇ ਵੀ ਆ, 50, 20, 25, 30, ਉਹਨਾਂ ਦੀ ਰੋਟੀ ਵੀ ਜਾਂਦੀ ਲੱਗਦੀ ਹੈ।